ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਰਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਡਾਕ ਵਿਭਾਗ ਵਿੱਚ ਤੁਹਾਨੂੰ ਪਤਾ ਜੋ ਪਹਿਲਾਂ ਪੋਸਟ ਆਈ ਸੀ 38,000 ਪਲੱਸ ਪੋਸਟਾਂ ਸੀ, ਅਤੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਕਰੀਬ ਕਰੀਬ 800-900 ਪੋਸਟਾਂ ਸੀ, ਅਤੇ ਸ਼ਾਰਟ ਲਿਸਟ ਕੈਂਡੀਡੇਟ ਕੀਤੇ ਗਏ ਸੀ। ਉਹਨਾਂ ਦੀ ਜੋ ਲਿਸਟਾਂ ਆਊਟ ਕੀਤੀਆਂ ਗਈਆਂ ਸੀ, ਪੰਜਾਬ ਦੀ ਵੀ ਆਊਟ ਕਰ ਦਿੱਤੀ ਗਈ ਸੀ, ਪਰ ਹੁਣ ਜੋ ਇਹਨਾਂ ਜੋ ਰਿਵੀਜ਼ਡ ਕਰਨਾ ਰਿਜ਼ਲਟ, ਠੀਕ ਹੈ, ਰਿਜ਼ਲਟ ਤੁਹਾਡਾ ਅਪਡੇਟ ਹੋਵੇਗਾ। ਤਾਂ ਉਹਦੇ ਵਿੱਚ ਆਪਾਂ ਗੱਲ ਕਰੀਏ ਜੋ GDS ਸਾਈਕਲ ਫੋਰਥ ਰਿਜ਼ਲਟ, ਠੀਕ ਹੈ, ਇਨ ਦਾ ਰਿਵੀਜ਼ਡ ਫੋਰਮੈਂਟ ਅਤੇ ਡਿਟੇਲ ਹੋਵੇਗੀ, ਵਿੱਚ ਨੇਮ ਆਫ ਪੋਸਟ ਆਫਿਸ, ਨੇਮ ਆਫ ਪੋਸਟ ਐਂਡ ਕਟ ਆਫ ਪਰਸੈਂਟ, ਤੁਹਾਡੀ ਕਿੰਨੀ ਕਟ ਆਫ ਗਈ ਹੈ, ਜੋ ਕੈਂਡੀਡੇਟ ਕਾਲਡ ਫੋਰ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਏ ਗਏ ਨੇ ਉਹਨਾਂ ਦੀ ਕਟ ਆਫ ਕਿੰਨੀ ਗਈ, ਉਹਨਾਂ ਦਾ ਜੋ ਨੇਮ ਆਫ ਪੋਸਟ ਆਫਿਸ ਕਿਹੜਾ ਹੈ, ਅਤੇ ਨੇਮ ਆਫ ਜੋ ਪੋਸਟ ਕਿਹੜੀ ਉਹਨਾਂ ਦੀ, ਅਤੇ ਸਾਰਾ ਕੁਛ ਤੁਹਾਨੂੰ ਜੋ ਅਪਡੇਟ ਮਿਲ ਜਾਏਗਾ, ਨਵੇਂ PDF ਜੋ ਅਪਡੇਟ ਕਰ ਦਿੱਤਾ ਜਾਵੇਗਾ। ਜੋ ਆਪਾਂ ਗੱਲ ਕਰੀਏ ਸਟੇਟਾਂ ਦੀ, ਤਾਂ ਇਹਦੇ ਵਿੱਚ ਅਸਾਮ, ਛੱਤੀਸਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਨੌਰਥ ਈਸਟ, ਉੜੀਸਾ ਅਤੇ ਪੰਜਾਬ, ਉੱਤਰਾਖੰਡ, ਠੀਕ ਹੈ, ਆਊਟ ਕੀਤੇ ਗਏ ਨੇ ਸਰਕਲ। ਜੋ ਇਹਨਾਂ ਵਿੱਚ ਜੋ ਅਪਡੇਟ ਕੀਤਾ ਜਾਵੇਗਾ, ਜੋ ਅਵੇਲੇਬਲ ਹੋਵੇਗਾ ਜੀ ਮੰਡੇ, ਯਾਨੀ ਕਿ ਸੋਮਵਾਰ ਨੂੰ ਤੁਹਾਡਾ ਜੋ ਆ ਜਾਏਗਾ, ਜੋ ਅਪਡੇਟ ਹੋਵੇਗਾ, ਨਵਾਂ ਜੋ PDF ਆ ਜਾਏਗਾ, ਜਿੱਦਾਂ ਹੀ PDF ਇੱਥੇ ਅਪਲੋਡ ਹੁੰਦਾ ਤੁਹਾਨੂੰ ਮਿਲ ਜਾਏਗਾ ਮੇਰੇ ਟੈਲੀਗ੍ਰਾਮ ਗਰੁੱਪ। ਟੈਲੀਗ੍ਰਾਮ ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ, ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਜੁਆਇਨ ਜ਼ਰੂਰ ਕਰ ਲਓ। ਜੋ ਨਵਾਂ ਅਪਡੇਟ ਆ ਜਾਏਗਾ PDF, ਜੋ ਨਵਾਂ ਅਪਡੇਟ ਕੀਤਾ ਜਾਵੇਗਾ ਇਹਨਾਂ ਦੀ ਵੈਬਸਾਈਟ 'ਤੇ, ਜਿਸ ਵਿੱਚ ਜੋ ਨੇਮ ਆਫ ਪੋਸਟ ਆਫਿਸ ਆ ਜਾਏਗਾ, ਨੇਮ ਆਫ ਪੋਸਟ ਅਤੇ ਕਟ ਆਫ ਤੁਹਾਡੀ ਕਿੰਨੀ ਗਈ ਪਰਸੈਂਟ, ਕੈਂਡੀਡੇਟ ਵਾਸਤੇ ਜੋ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਏ ਗਏ ਨੇ, ਅਤੇ ਉਹਨਾਂ ਨਾਲ ਸਾਰਾ ਕੁਝ ਅਪਡੇਟ ਹੋ ਜਾਏਗਾ। ਅਤੇ ਤੁਸੀਂ ਵੇਖ ਸਕਦੇ ਹੋ ਮੰਡੇ ਨੂੰ, ਸੋਮਵਾਰ ਨੂੰ ਇਹਨਾਂ ਦੀ ਵੈਬਸਾਈਟ 'ਤੇ, ਅਤੇ ਉਹ PDF ਤੁਹਾਨੂੰ ਮਿਲ ਜਾਏਗਾ ਮੇਰੇ ਟੈਲੀਗ੍ਰਾਮ ਗਰੁੱਪ ਵਿੱਚ। ਤਾਂ ਇਹ ਅਪਡੇਟ ਸੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ। ਜੇਕਰ ਤੁਹਾਡੇ ਮਨ 'ਚ ਕੋਈ ਵੀ ਡਾਊਟ ਹੈਗਾ ਤਾਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।